ਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰ ਲੈਣੇ ਆ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੇ ਇਤਿਹਾਸ ਰੱਜ ਦਿੱਤਾ ਏ ਤੋੜ ਦਿੱਤੇ ਨੇ ਸਾਰੇ ਹੀ ਰਿਕਾਰਡ ਭਾਰਤ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਟੇ ਨੇ ਇੰਨੀ ਲੀਡ ਦੇਖ ਵਿਰੋਧੀ ਧਿਰ ਵੀ ਜਿਹੜੀ ਹੈ ਹੱਕੀ ਬੱਕੀ ਰਹਿ ਗਈ ਹੈ ਜੀहां ਅਮਰਿਤਪਾਲ ਸਿੰਘ ਹੁਣੇ-ਹੁਣੇ ਜਿਹੜੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿ ਪਤਾ ਲੱਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਸਭ ਤੋਂ ਅੱਗੇ ਚੱਲ ਰਹੇ ਨੇ ਖਡੂਰ ਸਾਹਿਬ ਸੀਟ ਤੇ ਸਭ ਤੋਂ ਅੱਗੇ ਜਿਹੜੀ ਹੈ ਉਹਨਾਂ ਨੇ ਲੀਡ ਬਣਾ ਕੇ ਰੱਖੀ ਹੋਈ ਹੈ ਭਾਈ ਅਮਰਿਤਪਾਲ ਸਿੰਘ ਜਿੱਥੇ ਸਾਮਨਾ ਤੋਂ ਅੱਗੇ ਚੱਲ ਰਹੇ ਨੇ ਇੱਕ ਹੋਰ ਇੰਟਰਸਟਿੰਗ ਗੱਲ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਈਏ ਕਿ ਆਖਰ ਜਿਸ ਦਿਨ ਤੋਂ ਜਿਹੜਾ ਚੋਣ ਜਾਬਤਾ ਸ਼ੁਰੂ ਹੋਇਆ ਜਾਂ ਫਿਰ ਜਿਸ ਦਿਨ ਤੋਂ ਭਾਈ ਅਮਰਿਤਪਾਲ ਸਿੰਘ ਹੋਰਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ ਸੰਗਤ ਦੇ ਵਿੱਚ ਉਸ ਦਿਨ ਤੋਂ ਹੀ ਲੈ ਕੇ ਸੰਗਤ ਦੇ ਵਿੱਚ ਕਾਫੀ ਰੋਸ ਸੀ ਕਾਫੀ ਜਿਆਦਾ ਸੰਗਤ ਦੇ ਵਿੱਚ ਚਾਅ ਸੀ ਕਿ ਆਖਰ ਦੂਜੀਆਂ ਪਾਰਟੀਆਂ ਨੂੰ ਸਬਕ ਸਿਖਾਉਣਾ ਹੈ ਤੇ ਪਾਈ ਅਮਰਿਤਪਾਲ ਸਿੰਘ ਹੋਰਾ ਨੂੰ ਅਸੀਂ ਜ਼ਰੂਰ ਦਿਟਾਉਣਾ ਹੈ ਹਾਲਾਂਕਿ ਜਿਸ ਤਰ੍ਹਾਂ ਦੇ ਅੰਕੜੇ ਜਿਹੜੇ ਨੇ ਨਿਕਲ ਕੇ ਹੁਣ ਸਾਹਮਣੇ ਆਏ ਨੇ ਉਹਨਾਂ ਅੰਕੜਿਆਂ ਤੋਂ ਸਾਫ਼ ਹੋ ਚੁੱਕਿਆ ਕਿ ਦੂਸਰੀਆਂ ਪਾਰਟੀਆਂ ਦੇ ਖਿਲਾਫ ਰੱਜ ਕੇ ਜੋਸ਼ ਜਿਹੜਾ ਹੈ ਉਹ ਨਿਕਲਿਆ ਹੈ ਰੱਜ ਕੇ ਗੁੱਸਾ ਜਿਹੜਾ ਹੈ ਉਹ ਲੋਕਾਂ ਨੇ ਕੱਢਿਆ ਸੰਗਤ ਨੇ ਪੂਰਾ ਗੁੱਸਾ ਜਿਹੜਾ ਦੂਸਰੀਆਂ ਪਾਰਟੀਆਂ ਤੇ ਕੱਢਿਆ ਤੇ ਪਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਵੱਡੀ ਲੀਡ ਦੇ ਨਾਲ ਜਿਤਾਉਣ ਦਾ ਫੈਸਲਾ ਜਿਹੜਾ ਸੰਗਤ ਕਰ ਚੁੱਕੀ ਸੀ ਪਰ ਜਿਹੜੀ ਹੁਣੇ-ਹੁਣੇ ਖਬਰ ਸਾਹਮਣੇ ਆਈ ਹੈ ਕਿ ਭਾਈ ਅਮਰਿਤਪਾਲ ਸਿੰਘ ਕਾਫੀ ਲੀਡ ਲੈ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਲੋਕਾਂ ਨੇ ਸ਼ਾਇਦ ਉਹ ਵਾਦਾ ਪੂਰਾ ਕਰ ਦਿੱਤਾ ਜੋ ਸ਼ਾਇਦ ਉਹਨਾਂ ਨੇ ਵਾਅਦਾ ਕੀਤਾ ਸੀ ਕਿ 2019 ਦੀ ਜੋ ਗਲਤੀ ਹੋਈ ਹੈ ਉਹ ਇਸ ਵਾਰ ਨਹੀਂ ਹੋਵੇਗੀ ਆਖਰਕਾਰ ਖਡੂਰ ਸਾਹਿਬ ਦੇ ਲੋਕਾਂ ਨੇ ਉਹ ਵਾਅਦਾ ਜਿਹੜਾ ਹੈ ਵਾਖੂਬੀ ਨਿਭਾਇਆ ਸਾਰੇ ਹੀ ਰਿਕਾਰਡ ਤੋੜ ਦਿੱਤੇ ਨੇ ਹਾਲਾਂਕਿ ਜੇ ਗੱਲ ਕਰੀਏ ਤਾਂ ਐਗਜ਼ਿਟ ਪੋਲ ਜਿਹੜਾ ਨਿਊਜ਼ 18 ਐਗਜ਼ਿਟ ਪੋਲ ਪੋਲ ਸੀ ਉਸ ਦੇ ਮੁਤਾਬਕ ਕੁਲਬੀਰ ਜੀਰਾ ਤੇ ਅਮਰਿਤਪਾਲ ਸਿੰਘ ਨੈਕ ਟੂ ਨੈਕ ਫਾਈਟ ਦੇ ਵਿੱਚ ਸੀ ਲਾਲਜੀਤ ਸਿੰਘ ਭੁੱਲਰ ਨੂੰ ਜਿਹੜਾ ਹੈ ਤੀਸਰੇ ਨੰਬਰ ਤੇ ਰੱਖਿਆ ਜਾ ਸਕਦਾ ਹੈ ਪਰ ਇਸ ਵਕਤ ਜੇ ਗੱਲ ਕਰੀਏ ਤਾਂ ਉਹਨਾਂ ਲੋਕਾਂ ਦਾ ਨਾਮ ਵੀ ਜਿਹੜਾ ਫੀਲਡ ਦੇ ਵਿੱਚ ਨਹੀਂ ਆ ਰਿਹਾ ਉਹ ਲੋਕ ਜਿਹੜੇ ਨੇ ਫੀਲਡ ਤੋਂ ਬਾਹਰ ਹੋ ਚੁੱਕੇ ਨੇ ਪਰ ਜੇ ਗੱਲ ਕਰੀਏ ਤੇ ਤੇ ਅਮਰਿਤਪਾਲ ਸਿੰਘ ਹੀ ਨਾਮ ਗੂੰਜ ਰਿਹਾ ਹੈ ਕੁਲਬੀਰ ਸਿੰਘ ਜੀਰਾ ਵੀ ਬਹੁਤ ਪਿੱਛੇ ਰਹਿ ਗਏ ਨੇ ਹਾਲਾਂਕਿ ਬਾਕੀ ਕੈਂਡੀਡੇਟ ਬਹੁਤ ਪਿੱਛੇ ਰਹਿ ਗਏ ਨੇ ਪਾਈ ਅਮਰਿਤਪਾਲ ਸਿੰਘ ਹੀ ਅੱਗੇ ਚੱਲ ਰਹੇ ਨੇ ਹੁਣ ਗੱਲ ਕਰਦੇ ਆ ਜਿੱਥੇ ਖਡੂਰ ਸਾਹਿਬ ਦੇ ਵਿੱਚ ਪੰਜਾਬ ਦੇ ਕਿਹੜੇ ਹਲਕਿਆਂ ਦੇ ਵਿੱਚ ਮਹਿਲਾ ਵੋਟਰਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ ਨੇ ਉਸ ਦੇ ਬਾਰੇ ਤੁਹਾਨੂੰ ਅਪਡੇਟ ਕਰਾਂਗੇ ਜਿੱਥੇ 1 ਜੂਨ ਨੂੰ ਹੋਇਆ ਲੋਕ ਸਭਾ ਚੋਣਾਂ ਬਾਰੇ ਸਾਹਮਣੇ ਆਏ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਕੁੱਲ 5 ਲੋਕ ਸਭਾ ਹਲਕੇ ਅਜੇਹੇ ਨੇ ਜਿਨ੍ਹਾਂ ਵਿੱਚ ਮਰਦਾਂ ਨਾਲੋਂ ਵੱਧ ਮਹਿਲਾ ਵੋਟਰਾਂ ਨੇ ਆਪਣੀ ਵੋਟ ਪੁੱਗਤੌਣਾ ਕੀਤੀ ਹੈ ਪੰਜਾਬ ਦੇ ਵਿੱਚ 13 ਸੰਸਦ ਦੀ ਹਲਕੇ ਅਤੇ 117 ਵਿਧਾਨ ਸਭਾ ਹਲਕੇ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਹੋਈਆਂ ਚੋਣਾਂ ਦੇ ਵਿੱਚ ਕੁੱਲ 2.14 ਕਰੋੜ ਵੋਟਰ ਨੇ ਜਿਨ੍ਹਾਂ ਵਿੱਚੋਂ ਲਗਭਗ 62.80% ਲੋਕਾਂ ਨੇ 1.34 ਕਰੋੜ ਵੋਟਾਂ ਪਾ ਦਿੱਤੀਆਂ ਨੇ ਵੋਟ ਪਾਉਣ ਵਾਲੇ ਵੋਟਰਾਂ ਦੇ ਵਿੱਚ 71.4 ਲੱਖ ਮਰਦ ਵੋਟਰ ਨੇ ਜਦਕਿ 63.36 ਲੱਖ ਮਹਿਲਾ ਵੋਟਰਾਂ ਦੀ ਜਿਹੜੀ ਹੈ ਗਿਣਤੀ ਹੈ ਭਾਰਤ ਦੇ ਚੋਣ ਕਮਿਸ਼ਨ ਦੇ ਅੰਕੜੇ ਮੁਤਾਬਕ ਪੰਜਾਬ ਦੇ 5 ਲੋਕ ਸਭਾ ਹਲਕਿਆਂ ਦੇ ਵਿੱਚ ਮਹਿਲਾ ਵੋਟਰ ਵੱਧ ਗਿਣਤੀ ਦੇ ਵਿੱਚ ਹੈ ਇਸ ਹਲਕੇ ਵਿੱਚ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਖਡੂਰ ਸਾਹਿਬ ਅਤੇ ਆਨੰਦਪੁਰ ਸਾਹਿਬ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਗੁਰਦਾਸਪੁਰ ਸੰਸਦੀ ਹਲਕੇ ਦੇ ਵਿੱਚ 68.99% ਔਰਤਾਂ ਨੇ 64.70% ਮਰਦਾਂ ਦੇ ਮੁਕਾਬਲੇ ਆਪਣੀ ਵੋਟ ਜਿਹੜੀ ਹੈ ਭਗਤੌਣਾ ਕੀਤੀ ਹੈ ਹਾਲਾਂਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਜਿੱਥੇ 16.67 ਲੱਖ ਵੋਟਰਾਂ ਦੇ ਵਿੱਚੋਂ ਕੁੱਲ 62.55% ਵੋਟਾਂ ਪਈਆਂ ਨੇ ਜਿਨ੍ਹਾਂ ਵਿੱਚ ਲਗਭਗ 63.56% ਔਰਤਾਂ ਤੇ 61.65% ਮਰਦ ਵੋਟਰ ਨੇ ਇਥੋਂ ਚੋਣ ਲੜਨ ਵਾਲੇ ਆਗੂਆਂ ਦੇ ਵਿੱਚ ਡਿਬਰੂਗੜ ਜੇਲ੍ਹ ਤੋਂ ਆਜ਼ਾਦ ਚੋਣ ਲੜ ਰਹੇ ਅਮਰਿਤਪਾਲ ਸਿੰਘ ਵੀ ਜਿਹੜੇ ਨੇ ਰੇਸ ਦੇ ਵਿੱਚ ਸ਼ਾਮਲ ਨੇ ਹਾਲਾਂਕਿ ਰੇਸ ਦੇ ਵਿੱਚ ਬਿਲਕੁਲ ਬਹੁਤ ਅੱਗੇ ਨੰਗੇ ਨੇ ਇਹਨਾਂ ਤੋਂ ਇਲਾਵਾ ਸ਼ਰੋਮਨੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਫਾਈਟ ਦੇ ਵਿੱਚ ਸੀ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਦੇ ਬਸਪਾ ਵੱਲੋਂ ਮਨਦੀਪ ਸਿੰਘ ਮੰਨਾ ਚੋਣ ਮੈਦਾਨ ਦੇ ਵਿੱਚ ਸੀ ਪਰ ਆਖਰਕਾਰ ਉਹ ਹੁਣ ਬਹੁਤ ਪਿੱਛੇ ਰਹਿ ਗਏ ਨੇ ਹਾਲਾਂਕਿ ਆਪੀ ਅਮਰਿਤਪਾਲ ਸਿੰਘ ਜਿਹੜੇ ਨੇ ਬਹੁਤ ਅੱਗੇ ਲੰਘੇ ਨੇ ਵੋਟਰਾਂ ਨੇ ਸਭ ਤੋਂ ਵੱਧ ਵੋਟ ਜਿਹੜੀ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਗਤੌਣਾ ਕੀਤੀ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਹੈ ਸਾਰੀ ਵੋਟ ਭੁਗਤੀ ਹੈ ਸੋ ਲਗਾਤਾਰ ਭਾਈ ਅਮਰਿਤਪਾਲ ਸਿੰਘ ਵੱਡੀ ਗਿਣਤੀ ਦੇ ਨਾਲ ਇੱਥੋਂ ਜਿੱਤੇ ਨੇ ਹਾਲਾਂਕਿ ਵੱਡੀ ਗਿਣਤੀ ਦੇ ਨਾਲ ਇੱਥੋਂ ਜਿੱਤਣਗੇ ਕੁਝ ਪਲ ਦੇ ਵਿੱਚ ਜਿਹੜਾ ਹੈ ਐਲਾਨ ਵੀ ਹੋਣੀ ਵਾਲਾ ਹੈ ਬਸ ਕੁਝ ਪਲ ਦੇ ਵਿੱਚ ਜਿਹੜਾ ਹੈ ਉਹ ਐਲਾਨ ਜਿਹੜਾ ਹੈ ਬਿਲਕੁਲ ਸਾਫ਼ ਤੌਰ ਦੇ ਕੀਤਾ ਜਾ ਸਕਦਾ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਇਸ ਬਿਲਕੁਲ ਸਾਫ਼ ਹੋ ਚੁੱਕੀਆਂ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਾਂਗਰਸ ਨੇ ਬੰਸਲ ਧੜੇ ਦੇ ਨੇਤਾ ਪਾਰਟੀ ਦੇ ਵਿੱਚੋਂ ਕੱਢ ਦਿੱਤੇ ਨੇ ਜੀ ਹਾਂ ਚੋਣ ਨਤੀਜਾ ਆਉਣ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਕਈ ਨੇਤਾਵਾਂ ਤੇ ਕਾਰਵਾਈ ਕੀਤੀ ਹੈ ਦੋਸ਼ ਹੈ ਕਿ ਉਹ ਨੇਤਾ ਹਨ ਜਿਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਪਾਰਟੀ ਦੇ ਖਿਲਾਫ ਕੰਮ ਕੀਤਾ ਹੈ ਇਨਾਂ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਕਈ ਨੇਤਾਵਾਂ ਨੂੰ ਅਹੁਦੇ ਤੋਂ ਮੁਕਤ ਵੀ ਕਰ ਦਿੱਤਾ ਹੈ ਇਹ ਸਾਰੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਦੇ حمایتੀ ਦੱਸੇ ਜਾ ਰਹੇ ਨੇ ਮਨੀਸ਼ ਤਵਾੜੀ ਨੂੰ ਉਮੀਦਵਾਰ ਬਣਾਏ ਜਾਣ ਤੇ ਬੰਸਲ ਨੂੰ ਟਿਕਟ ਨਾ ਮਿਲਣ ਤੋਂ ਇਹ ਨੇਤਾ ਨਾਰਾਜ਼ ਸਨ ਇਹ ਨੇਤਾ ਸ਼ੁਰੂ ਤੋਂ ਹੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਖਿਲਾਫ ਮੋਰਚਾ ਖੋਲੇ ਹੋਏ ਸਨ ਨਾਰਾਜ਼ ਨੇਤਾਵਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਹਨਾਂ ਨੇਤਾਵਾਂ ਦਾ ਦੋਸ਼ ਸੀ ਕਿ ਕਾਂਗਰਸ ਪ੍ਰਧਾਨ ਲੱਕੀ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਦੇ ਖਿਲਾਫ ਟਿੱਪਣੀ ਕੀਤੀ ਸੀ ਬੰਸਲ ਨੇ ਖੁਦ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਉਹ ਸਿਰਫ ਪਾਰਟੀ ਹਾਈ ਕਮਾਂਡ ਦੇ ਕਹਿਣ ਤੇ ਸਿਰਫ ਪ੍ਰਿਯੰਕਾ ਗਾਂਧੀ ਦੀ ਰੈਲੀ ਦੇ ਵਿੱਚ ਆਏ ਪਰ ਇੱਥੇ ਵੀ ਉਹਨਾਂ ਨੂੰ ਆਪਦੀਆਂ ਦੋ ਮਹਿਲਾ ਕਾਉਂਸਲਰਾਂ ਨੇ ਧੱਕੇ ਮਾਰੇ ਇਸ ਮਾਮਲੇ ਨੂੰ ਬੰਸਲ ਧੜੇ ਨੇ ਖੂਬ ਤੂਲ ਦਿੱਤਾ ਤੇ ਸਾਬਕਾ ਮੇਰ ਹਰਫੂਲ ਚੰਦ ਕਲਿਆਣ ਨੇ ਹੋਰਨਾਂ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਕਾਂਗਰਸ ਦਾ ਚੰਡੀਗੜ੍ਹ ਸੀਟ ਤੇ ਆਪ ਦੇ ਨਾਲ ਗੱਠ ਜੋੜ ਕਰਨਾ ਇੱਕ ਵੱਡੀ ਭੁੱਲ ਹੈ ਕੇਜਰੀਵਾਲ ਨੂੰ ਆਪ ਦੇ ਕੌਂਸਲਰਾਂ ਵੱਲੋਂ ਕੀਤੀ ਗਈ ਧੱਕਾ ਮੁਕੀ ਲਈ ਪਵਨ ਬੰਸਲ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਹਾਲਾਂਕਿ ਲਗਾਤਾਰ ਜੇ ਗੱਲ ਕਰੀਏ ਤਾਂ ਜੇ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਜਾਂਦੀ ਹੈ ਤਾਂ ਇਹ ਸਾਰੇ ਨੇਤਾ ਚੁੱਪ ਸਾਦੇ ਰੱਖਣਗੇ ਜੇਕਰ ਪਾਰਟੀ ਚੋਣ ਹਾਰ ਜਾਂਦੀ ਹੈ ਤਾਂ ਪ੍ਰਧਾਨ ਲੱਕੀ ਦੇ ਖਿਲਾਫ ਨੇਤਾ ਮੋਰਚਾ ਖੋਲ ਸਕਦੇ ਨੇ ਤੇ ਸੜਕਾਂ ਤੇ ਵੀ ਆ ਸਕਦੇ ਨੇ ਜੇਕਰ ਕਾਂਗਰਸ ਚੋਣ ਜਿੱਤ ਜਾਂਦੀ ਹੈ ਤਾਂ ਲੱਕੀ ਤਿਵਾੜੀ ਧੜਾ ਭਾਰੂ ਰਹੇਗਾ ਜੇਕਰ ਕਾਂਗਰਸ ਚੋਣ ਹਾਰ ਜਾਂਦੀ ਹੈ ਤਾਂ ਬੰਸਲ ਧੜਾ ਹਾਰ ਦਾ ਠੇਕਰਾ ਭੰਦੇ ਹੋਏ ਫਿਰ ਤੋਂ ਭਾਰੂ ਹੋ ਜਾਵੇਗਾ ਤੁਹਾਨੂੰ ਪਤਾ ਹੋਵੇਗਾ ਕਿ ਪਵਨ ਕੁਮਾਰ ਬੰਸਲ ਸਾਲ 1991 ਤੋਂ ਲਗਾਤਾਰ ਚੰਡੀਗੜ੍ਹ ਸੀਟ ਤੋਂ ਚੋਣ ਲੜਦੇ ਆ ਰਹੇ ਨੇ ਤੇ ਉਹਨਾਂ ਦਾ ਚੰਡੀਗੜ੍ਹ ਕਾਂਗਰਸ ਤੇ ਇੱਕ ਛਤਰ ਰਾਜ ਰਿਹਾ ਹੈ ਪਰ ਇਸ ਵਾਰ ਪ੍ਰਧਾਨ ਲक्की ਬੰਸਲ ਦੀ ਹਮਾਇਤ ਚ ਨਹੀਂ ਸੰ ਤੇ ਪਾਰਟੀ ਹਾਈ ਕਮਾਂਡ ਨੇ ਮਨੀਸ਼ ਤਿਵਾੜੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਹੈ ਕਾਂਗਰਸ ਪ੍ਰਧਾਨ ਐਚਐਸ ਲੱਕੀ ਨੇ ਕਿਹਾ ਹੈ ਕਿ ਇਹਨਾਂ ਤੋਂ ਇਲਾਵਾ ਹੋਰ ਨੇਤਾ ਵੀ ਜਿਨ੍ਹਾਂ ਨੇ ਪਾਰਟੀ ਦੇ ਖਿਲਾਫ ਕੰਮ ਕੀਤਾ ਜਾਂ ਪਾਰਟੀ ਦੀ ਮਦਦ ਨਹੀਂ ਕੀਤੀ ਜਿਨ੍ਹਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਇਹਨਾਂ ਤੇ ਕਾਰਵਾਈ ਕਰਨ ਦੀ ਮਨਜ਼ੂਰੀ ਹਾਈ ਕਮਾਂਡ ਤੋਂ ਲਈ ਜਾਵੇਗੀ ਹਾਲਾਂ ਇਦਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ